ਅਨੁਭਵ ਹੈ, ਇੱਕ ਜਲਾਉ ਹੈ। ਮੈਂ ਤਾਂ ਇਹਨਾਂ ਸਮਕਾਲੀ ਸ਼ਾਇਰਾਂ ਨੂੰ ਸੁਣ ਕੇ ਬਹੁਤ ਹੀ ਅਮੀਰ ਮਹਿਸੂਸ ਕਰਦਾ, ਖਾਸ ਕਰਕੇ ਜਦੋਂ ਕਿ ਮੇਰਾ ਬਹੁਤਾ ਸਮਾਂ 50 ਸਾਲ ਤੋਂ ਮੈਂ ਮੱਧਕਾਲੀ ਸਾਹਿਤ ਪੜ੍ਹਦਾ ਅਤੇ ਪੜ੍ਹਾਉਂਦਾ ਰਿਹਾ। ਇਹ ਕਦੇ ਕਦੇ ਹੀ ਮੌਕਾ ਮਿਲਦਾ ਹੈ ਕਿ ਮੇਰੇ ਸਮਕਾਲੀ ਸ਼ਾਇਰ ਆਪਣਾ ਕਲਾਮ ਲੈ ਕੇ ਆਪਣੀ ਜ਼ਿੰਦਗੀ ਦੇ ਅਨੁਭਵ ਦੇ ਵਿੱਚੋਂ ਇਹ ਸ਼ਬਦਾਂ ਦੇ ਨਾਲ ਸਾਨੂੰ ਸੰਬੋਧਿਤ ਹੁੰਦੇ ਨੇ। ਇਹਨਾਂ ਦੇ ਬਾਰੇ ਮੇਰਾ ਇੱਕੋ ਹੀ ਕਮੈਂਟ ਹੈ, ਉਹ ਵੀ ਮੇਰਾ ਆਪਣਾ ਨਹੀਂ, ਮੈਂ ਬਾਬੇ ਨਾਨਕ ਨੂੰ ਆਵਾਜ਼ ਦਿੰਦਾ ਕਿ ਇਹਨਾਂ ਦੇ ਬਾਰੇ ਉਹਨਾਂ ਨੇ ਕੀ ਕਿਹਾ ਕਿ ਇੱਕ ਕਹਿ ਜਾਣਾ ਕਹਿਆ ਬੁੱਝਿਆ ਤੇ ਨਰ ਸੁਗੜ ਸਰੂਪ। ਇਹ ਨਾਦ ਪ੍ਰਕਾਸ਼ ਸੰਸਥਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਰਚਾਇਆ ਹੋਇਆ ਸਮਾਗਮ ਹੈ। ਇਸ ਦੇ ਨਾਲ ਮੇਰਾ ਕਾਫੀ ਵਰ੍ਹਿਆਂ ਤੋਂ ਬੜਾ ਨੇੜੇ ਦਾ ਸੰਪਰਕ ਵੀ ਰਿਹਾ ਅਤੇ ਸੰਬੰਧ ਵੀ ਰਿਹਾ। ਮੈਨੂੰ ਬੇਇੰਤਹਾ ਖੁਸ਼ੀ ਹੋਈ ਹੈ ਕਿ ਇੱਕ ਗੱਲ ਵਾਪਰੀ ਹੈ ਪੰਜਾਬ ਦੇ ਵਿੱਚ ਕਿ ਆਪਣੇ ਇਸ ਧਰਤੀ ਦੀ ਗਿਆਨ ਪਰੰਪਰਾ ਦੇ ਨਾਲ ਸੰਵਾਦ ਰਚਾਉਣ ਵਾਲੇ ਨੌਜਵਾਨ ਇੱਕ ਸਿਰਡ ਦੇ ਨਾਲ ਕਮਿਟਮੈਂਟ ਦੇ ਨਾਲ ਅੱਗੇ ਆਏ ਨੇ ਔਰ ਜਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਉਹ ਕਰ ਰਹੇ ਨੇ ਉਹਨਾਂ ਦੀ ਪ੍ਰਸ਼ੰਸਾ ਕਰਨੀ ਪੜਦੀ ਹੈ। ਸੋ ਮੈਂ ਸਭ ਤੋਂ ਪਹਿਲਾਂ ਤਾਂ ਨਾਦ ਪ੍ਰਕਾਸ਼ ਦੇ ਸਾਰੇ ਪ੍ਰਬੰਧਕਾਂ ਆਯੋਜਕਾਂ ਦੀ ਬਹੁਤ ਗਹਿਰੇ ਦਿਲੋਂ ਪ੍ਰਸ਼ੰਸਾ ਕਰਦਾ ਔਰ ਚਾਹੁੰਦਾ ਕਿ ਇਸ ਗਿਆਨ ਦੀ ਧਾਰਾ ਨੂੰ ਅੱਗੇ ਹੋਰ ਅੱਗੇ ਤੋਰਿਆ ਜਾਵੇ। ਔਰ ਮੈਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਮੱਧ ਕਾਲ ਦੇ ਵਿੱਚ ਭਗਤੀ ਲਹਿਰ ਜਿਹੜੀ ਹੈ ਉਹ ਸਾਡੇ ਸੱਭਿਆਚਾਰ ਦੀ ਨਵ ਜਾਗ੍ਰਿਤੀ ਦੀ ਲਹਿਰ ਬਣ ਕੇ ਉਜਾਗਰ ਹੋਈ ਸੀ, ਕੁਛ ਇਸੇ ਤਰ੍ਹਾਂ ਦੀ ਨਵ ਜਾਗ੍ਰਿਤੀ ਲਹਿਰ ਦੀ ਸਾਨੂੰ ਉਡੀਕ ਹੈ ਜਿਹੜੀ ਇਹ ਗਿਆਨ ਦੇ ਔਰ ਸਿਆਸਤ ਦੇ ਰੋੜ ਘਚੋਲੇ ਵਿੱਚੋਂ ਸਾਨੂੰ ਕੋਈ ਦਰਸ਼ ਦੇ ਸਕੇ, ਸਾਨੂੰ ਗਿਆਨ ਦੇ ਸਕੇ ਔਰ ਉਸ ਗਿਆਨ ਦੀਆਂ ਜੜ੍ਹਾਂ ਇਸ ਧਰਤੀ ਦੇ ਉੱਪਰ ਤਕਰੀਬਨ 5,000 ਸਾਲ ਪੁਰਾਣੀਆਂ ਨੇ। ਹੁਣ ਮੇਰੇ ਕੋ ਚੇਅਰਮੈਨ ਹਰਸ਼ੀ ਸਾਹਿਬ ਮੇਰੇ ਪੁਰਾਣੇ ਸਹਿਯੋਗੀ ਵੀ ਰਹੇ ਨੇ, ਮੇਰੇ ਮਿੱਤਰ ਵੀ ਨੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਇਹਨਾਂ ਨੇ ਆਪਣੇ ਜੀਵਨ ਦੀ ਜਿਹੜੀ ਘਾਲਣਾ ਹੈ ਉਹਦੇ ਕਾਰਨ ਇਹ ਇਨਾਮ ਵੀ ਗ੍ਰਹਿਣ ਕੀਤਾ। ਹੁਣ ਜੇ ਇਹ ਦੋ ਕਵਿਤਾਵਾਂ ਤੁਹਾਨੂੰ ਸੁਣਾ ਗਏ ਨੇ ਤਾਂ ਮੈਂ ਵੀ ਸੁਣਾਵਾਂ, ਪਰ ਮੈਂ ਆਪਣੀਆਂ ਨਹੀਂ ਸੁਣਾਵਾਂ। ਮੈਂ ਅੱਜ ਕੱਲ੍ਹ ਸਿਵਲਾਈਜੇਸ਼ਨਲ ਸਟੱਡੀਜ਼ ਨਾਲ ਜੁੜਿਆ ਹੋਇਆ, ਮੈਂ 5,000 ਸਾਲ ਪੁਰਾਣੀ ਉਸ ਸਾਡੀ ਗਿਆਨ ਦੀ ਪਹਿਲੀ ਜਿਹੜੀ ਪ੍ਰਕਾਸ਼ਮਈ ਰਚਨਾ ਹੈ ਰਿਗਵੇਦ ਉਹਦੇ ਵਿੱਚੋਂ ਕੁਛ ਲਾਈਨਾਂ ਸੁਣਾਉਣਾ। ਮੈਂ ਟ੍ਰਾਂਸਲੇਸ਼ਨ ਆਪ ਹੀ ਕੀਤਾ, ਉਹ ਹੈ ਨਸ ਦੀ ਅਸੂਕਤ। ਅਸਤ ਨਹੀਂ ਸੀ ਤਦੋਂ, ਇਹ ਇੱਕ ਫਿਲੋਸੋਫੀਕਲ ਪੋਇਟਰੀ ਹੈ ਔਰ ਉਸਦਾ ਟ੍ਰਾਂਸਲੇਸ਼ਨ ਮੈਂ ਪੰਜਾਬੀ ਵਿੱਚ ਕੀਤਾ, ਉਹਨੂੰ ਪੜ੍ਹਾਉਂਦੇ ਹਾਂ ਅਸੀਂ। ਅਸਤ ਨਹੀਂ ਸੀ ਤਦੋਂ, ਨਾ ਹੀ ਸਤ ਸੀ, ਅੰਬਰ ਨਹੀਂ ਸੀ ਤਦੋਂ, ਨਾ ਹੀ ਇਸਦੇ ਪਾਰ ਫੈਲਿਆ ਮਹਾਂ ਆਕਾਸ਼। ਕਜਿਆ ਕੀ ਸੀ ਤੇ ਕਿੱਥੇ, ਕਿਸਨੇ ਥੰਮਿਆ ਸੀ ਇਸ ਨੂੰ, ਤਦੋਂ ਤਾਂ ਅਗਮ ਅਗਾਦ ਜਲ ਵੀ ਕਿੱਥੇ ਸੀ। ਮੌਤ ਨਹੀਂ ਸੀ ਤਦੋਂ, ਨਾ ਹੀ ਅਮਰ ਜੀਵਨ, ਦਿਨ ਤੇ ਰਾਤ ਨੂੰ ਵੱਖ ਕਰਨ ਵਾਲਾ ਸੰਕੇਤ ਨਹੀਂ ਸੀ ਕੋਈ। ਸੁਹਾਸ ਵਿਹੂਣਾ ਆਪਣੇ ਆਪ ਤੇ ਨਿਰਭਰ ਕੇਵਲ ਇੱਕ ਸੀ ਤਦੋਂ। ਅਨੀਤ ਵਾਤਮ ਸਵਧਿਆ ਤਦ ਏਕਮ, ਇਹ ਰਿਗਵੇਦ ਦੀਆਂ ਲਾਈਨਾਂ ਨੇ ਔਰ ਸ਼ੁਰੂ ਦੀਆਂ ਲਾਈਨਾਂ ਅਗਰ ਤੁਸੀਂ ਪੰਜਾਬੀ ਉਹਨੂੰ ਅਗਰ ਸੰਸਕ੍ਰਿਤ ਸੁਣੋਗੇ ਤੁਹਾਨੂੰ ਪੰਜਾਬੀ ਦੀ ਝਲਕ ਨਜ਼ਰ ਆਏਗੀ। ਨਾ ਸਦਾ ਸੀਨੋ ਸਦਾ ਸੀ ਤਦਾ ਨੀ ਨਸੀਦ ਰਜੋ ਨੂੰ ਵਿਓਮਾ ਪਰੋਜਲ, ਇਸ ਤਰ੍ਹਾਂ ਦੀ ਉਹ ਲਾਈਨ ਚੱਲਦੀ ਹੈ, ਉਹਦੀਆਂ ਲਾਈਨਾਂ ਆਖਰੀ ਪੜ੍ਹ ਰਿਹਾ। ਉਸ ਤੋਂ ਸਿਵਾ ਕੋਈ ਦੂਸਰਾ ਨਹੀਂ ਸੀ, ਹਨੇਰਾ ਸੀ ਤਦੋਂ, ਹਨੇਰੇ ਨਾਲ ਕੱਜਿਆ ਧੁੰਦੂਕਾਰ ਸੀ ਚਾਕ ਚੁਪੇਰੇ, ਹੈ ਸੀ ਤਾਂ ਬਸ
निराकार सुन तपिश दी महा ऊर्जा तो उपजया कुंज, फिर पहलों पहल कामना का होया उबार। क्रिएशन किवें हुई है ये साडा ऋषि कह रहा है अज तो 5000 साल पहला। फिर पहलों पहल कामना का होया उबार, मन का आदि युगादि बीज, कामना मन का आदि युगादि बीज, अंतर दी सूझ वाले मुनि जना समझ लिया सी भली भान रिश्ता की है होद दा अणहोद नाल। फैला दिता उन्हें अपने सूत्र नू सुन दे आर पार, धारणी फैला दिता उन्होंने अपने सूत्र नू महा सुन दे आर पार, उपर वार ते हेठा भी धारणी महाशक्तियां तत्पर सन उठे। हेठा सी सत्या उपर असीम ऊर्जा, लास्ट लाइन आपणियां हैगियां, जानदा है कौन ते आख सकदा है कौन सचमुच कित्थों निम्मिया ते कित्थों उपजा ए संसार। देवते तां सृष्टि तो मगरों होए, फिर कौन जानदा है कदों रची गई ये रचना, कौन है सृष्टि दा करता करता जां अकरता, कौन है अंतरयामी उच्चे अंबरां वाली इस तक दा, ओही जानदा है जो है इसका सिरजनहार, ते जां फिर शायद ओ भी नहीं जानदा। ए ऋग्वेद दा ऋषि ज्ञान दी जित्थों शुरुआत हुंदी है साडी इस धरती दे उपर, जिन्हों असीं इंडिक सिविलाइजेशन कहने हैं, जिहदी लड़ी दे विच ऋग्वेद महाग्रंथ, उस तो बाद फिर उस तो जिहड़ा दूजा महाग्रंथ है वो श्री गुरु ग्रंथ साहिब। श्री गुरु ग्रंथ साहिब ज्ञान दी उस परंपरा नूं उसदे एड़ियां नूं अगे तोड़दा है, ते वो किस तरह मतलब गल नूं अगे पेश करदा। गुरु नानक देव जी ने अपनी बाणी बारे जिहड़ी गल कही सी कि गावो गीत न बिरहड़ा, नानक ब्रह्म विचार, ते जिहड़ी गुरबाणी है वो शायरी ते संगीत दे विच रहस ते रमज दी बोली दे अंदर सानू जिंदगी दे भेद सिखाउंदी है। और एक मैं जदों अजकल असी एवं नेड़े पहुंच गया, जदों बंदा अगा नेड़े आया पिछा रहा दूर, मैनू गुरु नानक देव जी का एक शब्द हुण इस वेले टच कर रहा, मैं तुहाडे नाल शेयर करना चाहुंदा। बहुत ही खूबसूरत जीवन ते मौत दे रहस्य नूं खोलण वाली रचना हैगी है। और बार बार तुसी गुरु नानक बाणी पढ़ो, गुरबाणी पढ़ो, तुहानूं नवे अर्थ लभणगे। मैं तां इस तरह ही महसूस कीता है, गुरु साहब कहिंदे ने पौणे पाणी अग्नि का मेल, बड़ी देर ही गल कर रहे सी अमर जी, बॉडी की है गुरु साहब ने भी संकल्प है, पौणे पाणी अग्नि का मेल, चंचल चपल बुद्ध का खे, नौ दरवाजे दसवां द्वार, बुजरे ज्ञानी ए विचार। एक विचार की है, कथता बखता सुनता सोई, आप विचारे सो ज्ञानी हो, देही माटी। हुण देखो मौत की गल किवें करदे, ये तां सी ना कि अपने आप नूं विचारना ही ज्ञान की शुरुआत है। फिर वो कहिंदे ने कि देही माटी बोले पौण, बुझरे ज्ञानी मुआ है कौन, ये मर कौन गया, देही तां मिट्टी है बोलण वाली कौन है, मरिया कौन है। गुरु कहिंदे ने कि मुई सुरत बाद हंकार, ओ ना मुआ जो देखण हा। अगे हैगा कि हौ ना मुआ, लास्ट लाइना बहुत खूबसूरत ने, हौ ना मुआ मेरी मुई बुलाए, ओ ना मुआ जो रहा समाए, कहो नानक गुर ब्रह्म दिखाया, मरता जाता नजर ना आया। भगवत गीता दा तुसी सुनो के ना जाए ते मरिए ते कदाचन, के ना इस आत्मा ना मरदी है ना जन्म दी है,
ਇੱਕ ਮੈਨੂੰ ਓਸ਼ੋ ਦੀਆਂ ਕਿਤਾਬਾਂ ਦੀ ਲਿਖੀ ਹੋਈ ਗੱਲ ਫਿਰ ਯਾਦ ਆ ਗਈ ਕਿ ਓਸ਼ੋ ਨੈਵਰ ਬੋਰਨ ਨੈਵਰ ਡਾਈਡ ਓਨਲੀ ਵਿਜ਼ਿਟਡ ਦਿਸ ਪਲੈਨਟ ਫਰੋਮ ਦਿਸ ਏਅਰ ਟੂ ਦਿਸ ਏਅਰ। ਬਹੁਤ ਬਹੁਤ ਧੰਨਵਾਦ।